ਕਹਿੰਦੇ ਆ ਡੱਬੀ ਫਰੇਮ ਤੇ ਅੰਦਰਲੀ ਸਾਈਡ ਤੋਂ ਆ ਬੰਦ ਵੀ ਹੈ, ਇਹਨੂੰ ਕਹਿੰਦੇ ਬੰਦ ਫਰੇਮ। ਇਹਦੇ ਉੱਪਰ ਪੱਟੀ ਫਰੀ ਆ, ਇਹ ਜਿਹੜੀ ਇਹਨੂੰ ਬੰਦ ਫਰੇਮ ਦੇ ਉੱਤੇ ਆ ਓਪਨ ਫਰੇਮ ਦੀ ਤੁਹਾਨੂੰ ਇੱਕ ਹੋਰ ਗੱਲ ਦਾ। ਅੱਛਾ, ਓਪਨ ਫਰੇਮ ਜਿਹੜਾ ਹੁੰਦਾ ਨਾ ਉਹਦਾ ਇਹ ਫਾਇਦਾ ਹੋ ਜਾਂਦਾ, ਅਗਰ ਤੁਹਾਡਾ ਆਹ ਜਿਹੜਾ ਫਰੇਮ ਕਮਜ਼ੋਰ ਹੈਗਾ ਵਾ ਇਹਦੇ ਅੰਦਰ ਤੁਸੀਂ ਏਡਾ ਹੀ ਫਰੇਮ। ਔਜ਼ ਬਿੱਲਾ ਇਬਨ ਸ਼ੈਤਾਨ ਰਜੀਮ, ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ, ਕੀ ਹਾਲ ਹੈ, ਸਭ ਠੀਕ ਹੋ? ਉਮੀਦ ਕਰਦੇ ਹਾਂ ਵੀ ਸਾਰੇ ਖੈਰ ਕੀਰਤ ਨਾਲ ਹੋਣਗੇ। ਅੱਲਾਹ ਤਾਲਾ ਹਰ ਇਨਸਾਨ ਨੂੰ ਸਿਹਤ ਤੋਂ ਤੰਦਰੁਸਤੀ ਤਾ ਫਰਮਾਏ ਔਰ ਆਪਣੇ ਹਿੱਸੇ ਇਮਾਨ ਦੇ ਵਿੱਚ ਰੱਖੇ ਜੀ। ਤੁਹਾਡਾ ਵੀਰ ਸੈਯਦ ਸ਼ਾਨਵਾਸ, ਤੁਸੀਂ ਵੇਖਦੇ ਪਏ ਹੋ SS ਟਰਾਂਸਪੋਰਟ ਕੰਪਨੀ ਯੂਟਿਊਬ ਦਾ ਚੈਨਲ ਮੇਰਾ ਜਨਾਬ। ਅੱਜ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋ ਗਏ ਹਾਂ। ਅੱਜ ਤੁਹਾਨੂੰ ਫਰੇਮ ਦਿਖਾਉਂਦੇ ਹਾਂ, ਮਜ਼ਦੇ ਦਾ ਫਰੇਮ ਜਿਹੜੇ ਨੇ ਬੰਦ ਫਰੇਮ ਅਤੇ ਓਪਨ ਫਰੇਮ 'ਚ ਕੀ ਫਰਕ ਹੁੰਦਾ ਹੈ ਅਤੇ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ। ਦੋਨੋਂ ਫਰੇਮ ਜਿਹੜੇ ਆ ਉਹ ਤੁਹਾਡੇ ਨਾਲ ਮਜ਼ਦੇ ਦੇ ਜਿਹੜੇ ਨੇ ਉਹ ਸ਼ੇਅਰ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਬੰਦ ਫਰੇਮ ਅਤੇ ਜਿਹੜਾ ਓਪਨ ਫਰੇਮ ਆ ਇਹਦੀ ਕੀ ਪਹਿਚਾਣ ਹੈਗੀ ਆ ਅਤੇ ਬੰਦ ਫਰੇਮ ਡੱਬੀ ਫਰੇਮ ਜਿਹਨੂੰ ਕਹਿੰਦੇ ਉਹ ਕਿਹੜਾ, ਓਪਨ ਕਿਹੜਾ ਹੁੰਦਾ। ਦੋਵਾਂ ਫਰੇਮਾਂ ਦੀ ਜਿਹੜੀ ਪਹਿਚਾਣ ਉਹ ਤੁਹਾਨੂੰ ਮਜ਼ਦਿਆਂ ਦੀ ਕਰਵਾਉਂਦੇ ਹਾਂ ਅੱਜ ਅਤੇ ਇਹ ਵੀਡੀਓ ਅੱਜ ਲੈ ਕੇ ਆਇਆ ਜਨਾਬ ਤੁਹਾਡੇ ਵਾਸਤੇ ਅਤੇ ਆਓ ਚੱਲਦੇ ਹਾਂ, ਜਾ ਕੇ ਦੇਖਦੇ ਹਾਂ ਓਪਨ ਫਰੇਮ ਅਤੇ ਬੰਦ ਫਰੇਮ ਦੀ ਵੀਡੀਓ। ਇਹ ਦੇਖੋ ਜਨਾਬ, ਇਹ ਫਰੇਮ ਪਿਆ ਮਜ਼ਦੇ ਦਾ, ਇਹਨੂੰ ਕਹਿੰਦੇ ਨੇ ਓਪਨ ਫਰੇਮ। ਇਹ ਦੇਖੋ, ਯਾਨੀ ਇਹ ਵਾਲੀ ਚੀਜ਼ ਨਾ ਹੈ ਆਹ ਓਪਨ ਹੈ ਸਾਈਡ, ਅੰਦਰ ਵਾਲੀ ਜਿਹੜੀ ਅੰਦਰ ਵਾਲੀ ਸਾਈਡ ਜਿਹੜੀ ਆ ਬਿਲਕੁਲ ਓਪਨ ਆ, ਇਹਨੂੰ ਓਪਨ ਫਰੇਮ ਕਹਿੰਦੇ ਨੇ। ਇਹ ਦੇਖੋ, ਇਹ ਮਜ਼ਦੇ ਦਾ ਫਰੇਮ ਪਿਆ ਜੀ। ਇਹ ਮੁਕੰਮਲ ਫਰੇਮ ਮੱਦੇ ਦਾ ਪਿਆ ਜੀ। ਇਹ ਓਪਨ ਫਰੇਮ ਹੋ ਗਿਆ ਜਨਾਬ ਅਤੇ ਇਸ ਤੋਂ ਅੱਗੇ ਇੱਕ ਓਪਨ ਫਰੇਮ ਤੁਹਾਨੂੰ ਮੈਂ ਹੋਰ ਦਿਖਾਉਂਦਾ ਵਾਂ, ਉਹਦੇ ਉੱਪਰ ਪੱਟੀ ਫਰੀ ਹੁੰਦੀ ਹੈ, ਉਹ ਵੀ ਤੁਹਾਨੂੰ ਮੈਂ ਵਿਖਾਉਂਦਾ ਵਾਂ ਇਸ ਜਗ੍ਹਾ ਦੇ ਉੱਤੇ ਨੀਚੇ ਔਰ ਇਸ ਜਗ੍ਹਾ ਦੇ ਉੱਤੇ ਜਿਹੜੀ ਪੱਟੀ ਫਰੀ ਹੁੰਦੀ ਆ ਉਹ ਪੱਟੀ ਵੀ ਤੁਹਾਨੂੰ ਵਿਖਾਉਣਾ ਵੀ ਕਿਸ ਤਰ੍ਹਾਂ ਫਰੀ ਹੁੰਦੀ ਆ, ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਵਿਖਾਉਂਦਾ ਕਿ ਆਪਣਾ ਬੰਦ ਫਰੇਮ ਜਿਹੜਾ ਉਹ ਕਿਹੜਾ ਹੈ। ਦੋਨੋਂ ਫਰੇਮ ਜਿਹੜੇ ਨਾ ਤੁਹਾਨੂੰ ਮਦਦ ਦੇ ਦਿਖਾਉਣਾ, ਤਿੰਨੋਂ ਹੀ, ਇੱਕ ਓਪਨ ਫਰੇਮ ਇਹ ਆ ਗਿਆ ਇੱਥੇ ਪੱਟੀ ਤੋਂ ਬਗੈਰ, ਇਹ ਇੱਕ ਓਪਨ ਫਰੇਮ ਆਏਗਾ ਤੁਹਾਨੂੰ ਦਿਖਾਉਣਾ ਅਗਲਾ, ਉਹਦੇ ਉੱਤੇ ਔਰ ਥੱਲੇ ਪੱਟੀ ਫਰੀ ਹੋਈ ਹੈ ਔਰ ਇੱਕ ਬੰਦ ਫਰੇਮ। ਤਿੰਨੋਂ ਫਰੇਮ ਜਿਹੜੀ ਨਾ ਉਹਦੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਅੱਜ। ਇਹ ਦੇਖੋ ਜੀ, ਇਹ ਜਿਹੜਾ ਇਹ ਹੈਗਾ ਪੱਟੀ ਵਾਲਾ ਫਰੇਮ ਓਪਨ ਫਰੇਮ ਹੈ। ਇਹ ਦੇਖੋ, ਇਹ ਪੱਟੀ ਫਰੀ ਹੋਈ ਉੱਪਰ, ਇਹ ਨੀਚੇ ਵੀ ਪੱਟੀ ਫਰੀ ਹੋਈ। ਇਹ ਵੀ ਓਪਨ ਫਰੇਮ ਮੱਦੇ ਦਾ, ਪੱਟੀ ਫਰੀ ਹੋਈ ਹੈ। ਇਹ ਗੱਡੀ ਮੱਦਦਾ ਓਪਨ ਫਰੇਮ ਪੱਟੀ ਵਾਲਾ
ਆਓ ਚੱਲੀਏ ਹੁਣ ਤੁਹਾਨੂੰ ਬੰਦ ਫਰੇਮ ਵਿਖਾਉਣਾ। ਇਹ ਦੇਖੋ ਜੀ, ਇਹ ਆ ਗਿਆ ਬੰਦ ਫਰੇਮ। ਇਹ ਹੈ ਮਸਜਿਦ ਦਾ, ਲੇਕਿਨ ਛੋਟੇ ਮਸਜਿਦ ਦਾ ਜੀ। ਇਹ ਦੇਖੋ, ਇਹ ਡੱਬੀ ਫਰੇਮ ਇਹਨੂੰ ਕਹਿੰਦੇ ਆ, ਡੱਬੀ ਫਰੇਮ। ਅਤੇ ਅੰਦਰਲੀ ਸਾਈਡ ਤੋਂ ਆ ਬੰਦ ਵੀ ਹੈ, ਇਹਨੂੰ ਕਹਿੰਦੇ ਬੰਦ ਫਰੇਮ। ਇਹਦੇ ਉੱਪਰ ਪੱਟੀ ਫਿਰੀ ਆ, ਇਹ ਜਿਹੜੀ ਇਹਨੂੰ ਬੰਦ ਫਰੇਮ ਦੇ ਉੱਤੇ ਆ ਪੱਟੀ ਬੰਦਾ ਫਿਰ ਲੈਂਦਾ। ਛੋਟਾ ਮਸਜਿਦ ਆ ਇਹ, ਉਹਦਾ ਫਰੇਮ ਹੈ। ਦੇਖੋ ਇਹ ਅੰਦਰੋਂ ਵੀ ਬੰਦ ਜੇ, ਬਾਹਰੋਂ ਵੀ ਬੰਦ, ਬਿਲਕੁਲ ਬੰਦ। ਉੱਪਰ ਥੱਲੇ ਪੱਟੀ ਫਿਰੀ ਹੋਈ ਇਹਦੇ ਵੀ। ਅਗਰ ਜਿਹੜਾ ਓਪਨ ਫਰੇਮ ਤੁਹਾਨੂੰ ਵਿਖਾਇਆ, ਓਡਾ ਚੌੜਾ ਓਡਾ ਵੱਡਾ ਫਰੇਮ ਬਣਾਉਣਾ ਹੋਵੇ ਤਾਂ ਉਹ ਬੰਦ ਉਹ ਵੀ ਬਣ ਜਾਂਦਾ। ਅਤੇ ਇਹ ਵੀ ਅੱਛਾ ਓਪਨ ਫਰੇਮ ਦੀ ਤੁਹਾਨੂੰ ਇੱਕ ਹੋਰ ਗੱਲ ਦਾ, ਅੱਛਾ ਓਪਨ ਫਰੇਮ ਜਿਹੜਾ ਹੁੰਦਾ ਨਾ, ਉਹਦਾ ਇਹ ਫਾਇਦਾ ਹੋ ਜਾਂਦਾ, ਅਗਰ ਤੁਹਾਡਾ ਆਹ ਜਿਹੜਾ ਫਰੇਮ ਕਮਜ਼ੋਰ ਹੈਗਾ ਵਾ, ਇਹਦੇ ਅੰਦਰ ਤੁਸੀਂ ਏਡਾ ਹੀ ਫਰੇਮ ਥੋੜ੍ਹਾ ਜਿਹਾ ਘੱਟ ਰੱਖ ਕੇ ਇੱਥੇ ਨਾਪ ਕੇ ਅਤੇ ਇਹਦੇ ਵਿੱਚ ਫਿਰ ਫਿੱਟ ਕਰ ਸਕਦੇ। ਡਬਲ ਫਰੇਮ, ਡਬਲ ਫਰੇਮ ਕਰਕੇ ਪੱਟੀ ਫੇਰ ਲਵੋਗੇ, ਉਹ ਬਹੁਤ ਜ਼ਬਰਦਸਤ ਮਜ਼ਬੂਤ ਫਰੇਮ ਹੋ ਜਾਏਗਾ। ਓਪਨ ਫਰੇਮ ਦਾ ਇਹ ਫਾਇਦਾ ਹੋ ਜਾਂਦਾ। ਆੜੀ ਬਾਹਰਲਾ ਇਹ ਜਰਮਨ ਫਰੇਮ ਹੁੰਦਾ, ਇਹ 'ਤੇ ਚੇਸੀ ਨੰਬਰ ਲੱਗਾ ਹੁੰਦਾ, ਇਹ ਇਸੇ ਤਰ੍ਹਾਂ ਹੀ ਰਹੇਗਾ। ਅੰਦਰ ਬਾਹਰ ਹੋਰ ਰੱਖ ਕੇ ਫਰੇਮ, ਉੱਪਰ ਥੱਲੇ ਪੱਟੀ ਫੇਰ ਕੇ ਇਹਨੂੰ ਬੜਾ ਸੈੱਟ ਕਰ ਸਕਦਾ, ਜਾਣੀ ਕਿ ਮਜ਼ਬੂਤ ਤੋਂ ਮਜ਼ਬੂਤ ਕਰ ਸਕਦਾ। ਇਹਦਾ ਇਹ ਫਾਇਦਾ ਹੋ ਜਾਂਦਾ। ਲਓ ਜਨਾਬ, ਐਸੀ ਛੋਟੀ ਜਿਹੀ ਵੀਡੀਓ ਅੱਜ ਦੀ ਮੈਂ ਨਾਜ਼ਰੀਨ ਨਾਲ ਸ਼ੇਅਰ ਕੀਤੀ ਆ। ਬੰਦ ਡੱਬੀ ਫਰੇਮ ਉਹ ਵੀ ਤੁਹਾਨੂੰ ਵਿਖਾਇਆ, ਓਪਨ ਫਰੇਮ ਜਿਹੜਾ ਪੱਟੀ ਵਾਲਾ ਉਹ ਵੀ ਵਿਖਾਇਆ, ਓਪਨ ਫਰੇਮ ਬਗੈਰ ਪੱਟੀ ਤੋਂ ਉਹ ਵੀ ਤੁਹਾਨੂੰ ਵਿਖਾਇਆ। ਤਿੰਨ ਫਰੇਮ ਵਿਖਾਏ ਆ ਮਸਜਿਦਾਂ ਦੇ, ਅਤੇ ਉਹਦੀ ਇਨਫੋਰਮੇਸ਼ਨ ਜਿੰਨੀ ਕੁ ਹੈਗੀ ਸੀ ਮੇਰੇ ਨੌਲੇਜ 'ਚ ਮੈਂ ਉਹ ਦਿੱਤੀ ਤੁਹਾਨੂੰ। ਅਤੇ ਇਹ ਵੀਡੀਓ ਸੀ ਅੱਜ ਦੀ। ਅਗਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਜੇ ਮੇਰਾ ਯੂਟਿਊਬ ਦਾ ਚੈਨਲ SS ਟਰਾਂਸਪੋਰਟ ਕੰਪਨੀ ਨੂੰ। ਨੈਕਸਟ ਵੀਡੀਓ ਨੂੰ ਫਿਰ ਹਾਜ਼ਰ ਹੋ ਗਿਆ ਤੁਹਾਡਾ ਵੀਰ। ਮੈਨੂੰ ਇਜਾਜ਼ਤ ਦਿਓ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ ਜਨਾਬ, ਅੱਲਾ ਹਾਫਿਜ਼।